लेकिन तारीख गवाह है लेकिन मैं बिना खौफ तर्दीद आखसा तोरिया चेहरिया की चमक मैं उस्ताद अजल भी आखदा उस्ताद ज़ौक भी आखदा जो जुमला आप छोड़ो ये लोग मुस्तहिक ए कीमती मोती झोली पावन दे ला दें लो की वास्ते मैं उस्ताद दे गैब दे इशारे ते जुमला भी आखदा कहंदे ते हिक आजमाइश ऐ कह के दो आया कह के चार आया लेकिन सारे जमाने दिया आजमाइश की सारी किस्म अल्लाह ने घराने तो भेजे जेनु तरब सारी कायनात दी शान ही मुका दी है आजमाइश ही मुका सुभान मेरा ईमान की अकीद है कि कह को कोई शान मिली है कह को कोई शान मिली है कह को कलीमुल्लाह बड़ा जबीहुल्लाह ने बनाया कह को जबीहुल्लाह बड़ा खलीलुल्लाह ने बनाया हजरत सुलेमान को हुकूमत दी हजरत यूसुफ जो हुसन कोई कोई हजरत यूसुफ को हुसन से हुकूमत दी हजरत दाऊद वाला लहन कोई नहीं सुजाग बैठे हो कह को हजरत नूह अलैहि सलाम को लंबी उम्र ने छोड़ी लेकिन हजरत ईसा वाले सुख को शौक उस भी सुभान कह को हिच शान मिली है कह को नूह मिली है कह को चार लेकिन मैंने हम आवाज हो गया अक्सो चले बार आया ना सहरा दे बाबे दा सुभान अल्लाह हसनैन दे नामे दा कौनैन दे इमाम दा नबियों दे सुल्तान दा आईना ए जमाल ए हक दा मेरे मोहम्मद मुस्तफा दा खालिक कायनात और मैं महबूब 1,23,999 में कमो बेश नबी जेड़े मेरे झुके चू आमने हैं मेरे खारी चू आमने हैं ई दुनिया दे समझावण वास्ते सारे आ गए मैं हुण अपने झुके भी आ बचाए ही कोई नहीं शाना की हम बचा के रखा उन्हा लिए सारी शाना तेरे दामन च रखा पिया ते जेड़े उन्हा को चुनाचे बड़े बड़े इम्तिहान हैं लेकिन कायनात की सारी इम्तिहान को इकट्ठा च करो करबला की पहली काफ नहीं बन गई लफ्ज में आ गया समझने वाले को लख मुबारक हो सारी आजमाइश इकट्ठा च करो सिर्फ करबला की पहली काफ नहीं बन गई जीवे पूरी कायनात पे शाना जमा च करो ते लफ्ज मोहम्मद की पहली मीम ही नहीं बन गई सुभान सुभान बेशक इसमें मोहम्मद की पहली मीम नहीं बन गई इवें पूरी दुनिया ने इम्तिहान ते आजमाइश इकट्ठा करो सजनो करबला की पहली काफ नहीं बन गई सारी कायनात दे इम्तिहान एक पासे करबला दा हिक 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 बेशक बेशक करबला दो ओ इम्तिहान कितना अजीम हो सी कि जेड़े वेले धूप पूरे जोबन प्यासी पूरे जोबन जेड़ा माली ही गुलिस्तान दा कश्ती दा मल्ला
ਜਿਹੜਾ ਕਾਇਦੇ ਕਾਰਵਾਨੇ ਅਹਲੇ ਇਸ਼ਕ ਹੈ ਉਹ ਫਜਰ ਤੋਂ ਗਿਣ ਕੇ ਹੁਣ ਤੱਕ ਲਾਸ਼ਾਂ ਢੋਢੋ ਥੱਕਾ ਖੜਾ ਹੈ ਪਿਆਸ ਵੀ ਹੈ ਸੰਸਰੀਆਂ ਦੇ ਆਪਣੇ ਘਰ ਦੇ ਅਫਰਾਦ ਜਿਹੜੇ ਮੋਤੀ ਤੇ ਹੀਰੀਆਂ ਵਾਲੀ ਕਰ ਹੈ ਇੱਕ ਇੱਕ ਦੀ ਜੁਦਾਈ ਦਾ ਜ਼ਖਮ ਤੇ ਸਦਮਾ ਵੀ ਜਵਾਨ ਦੇ ਸੀਨੇ ਦੇ ਉੱਤੇ ਦਿਲ ਦੇ ਉੱਤੇ ਹੈ ਇਹ ਆਲਮ ਦੇ ਦੌਰਾਨ ਆਪਣਾ ਜਵਾਨ ਬਚਣਾ 18 ਸਾਲ ਜਾਂ ਇੱਕ ਰਿਵਾਇਤ ਦੇ ਮੁਤਾਬਕ 23 ਸਾਲ ਜਿਹਦੀ ਉਮਰ ਤੇ ਸਿਰਫ ਜਵਾਨ ਨਹੀਂ ਸੋਹਣਾ ਇਹ ਹੈ ਕਿ ਜਿਹੜੇ ਵੇਲੇ ਮਦੀਨਾ ਤੈਯਬਾ ਦੇ ਵਸਤੀਆਂ ਕੋ ਤੇ ਰਾਮਣ ਵਾਲੀਆਂ ਕੋ ਸੂਰਤ ਮੁਸਤਫਾ ਯਾਦ ਆਵੇ ਹਾ ਸ਼ਕਲ ਰਸੂਲ ਦੀ ਜੁਦਾਈ ਤੰਗ ਕਰੇ ਹਾ ਹਿਜਰਤ ਮੁਹੰਮਦ ਮੁਸਤਫਾ ਸਦਾਵੇ ਹਾ ਉਹ ਅਲੇ ਬਲੇ ਹੁਸੈਨ ਦੇ ਦਰ ਤੇ ਆਨੇ ਹੈ ਦਰ ਖੜ ਕੇ ਤੇਰਾ ਤੇ ਹੁਸੈਨ ਇਹਸਾਨ ਦਾ ਉਹ ਬਚੜਾ ਅਕਬਰ ਦੇ ਵੀ ਇੰਨਾ ਜਿਹੜਾ ਰਸੂਲ ਦੀ ਸ਼ਕਲ ਵਾਲਾ ਹੈ ਮੇਰੇ ਹੁਸੈਨ ਜਨਾਬ ਅਕਬਰ ਕੋ ਫਿੰਨਾ ਵੇ ਹਾ ਦਰਵਾਜ਼ੇ ਦੇ ਉੱਤੇ ਮਦੀਨੇ ਵਾਲੇ ਸਿਰ ਤੋਂ ਗਿਣ ਕੇ ਪੈਰਾਂ ਤੱਕ ਦੇਖਣ ਵੀ ਹਾ ਕੋਈ ਦੇਖਣ ਵਾਲਾ ਆਪਣੇ ਸ਼ੌਕ ਦੇ ਮੁਤਾਬਕ ਆ ਗਿਆ ਸੁਭਾਨ ਅੱਲਾ ਕੋਈ ਆ ਕੇ ਹਾ ਮਾਸ਼ਾ ਅੱਲਾ ਕੋਈ ਇਹ ਨਿਗਾਹ ਵਾਲੇ ਵੀ ਹੈ ਜਿਨ੍ਹਾਂ ਦੀ ਤੀਰ ਅਕਬਰ ਦੇ ਮੁਖੜੇ ਤੇ ਪਵੇ ਹਾ ਬੇਸਾਖਤਾ ਜ਼ੁਬਾਨ ਤੋਂ ਨਿਕਲੇ ਅੱਲਾਹੁਮ ਸੱਲੇ ਅਲਾ ਮੁਹੰਮਦਿਨ ਵਾਲਾ ਆਲ ਮੁਹੰਮਦ ਸੁਭਾਨ ਅੱਲਾ ਬੇਸਾਖਤਾ ਜ਼ਬਾਨ ਤੇ ਦਰੂਦ ਆਵੇ ਜਿਨ੍ਹਾਂ ਔਰ ਜੇ ਮੇਰੇ ਮਦੀਨੇ ਦੇ ਬਾਜ਼ਾਰ ਦੇ ਅੰਦਰ ਆਪਣੇ ਚਾਚਾ ਗਾਜ਼ੀ ਅਬਾਸ ਦੇ ਨਾਲ ਜਵਾਨ ਅਕਬਰ ਰਲ ਕੇ ਤੁਰ ਰਿਹਾ ਨਾ ਮਦੀਨੇ ਦੇ ਬਾਜ਼ਾਰ ਦੇ ਅੰਦਰ ਤੂੰ ਜ਼ਰਾ ਪੜ੍ਹ ਕੇ ਦੇਖ ਮੁਤਾਲਿਆ ਕਰਕੇ ਦੇਖ ਦੁਕਾਨਦਾਰਾਂ ਕੋ ਸੌਦਾ ਵੇਚਾ ਭੁਲਵੈਂਦਾ ਹਾ ਮੁਸਾਫਰਾਂ ਕੋ ਰਾਹ ਭੁਲਵੈਂਦਾ ਹਾ ਕਾਕਾ ਕੋ ਸੌਦਾ ਖਿੰਨਣ ਭੁਲਵੈਂਦਾ ਹਾ ਹੈਰਾਨ ਹੋ ਕੇ ਕਹਿ ਮੇਰੇ ਕਮਰ ਬਰੀ ਹਾਸ਼ਮ ਅਬਾਸ ਕੋ ਦੇਖ ਰਿਹਾ ਕਹਿ ਮੇਰੇ ਸ਼ਬੀ ਦੇ ਮੁਸਤਫਾ ਜਨਾਬ ਅਕਬਰ ਕੋ ਦੇਖ ਇਹ ਜਾਂ ਸੋਹਣ ਬਚੜਾ ਹੋਵੇ ਆਸਾਂ ਉਮੀਦਾਂ ਤਮੰਨਾਵਾਂ ਤੇ ਆਰਜ਼ੂਆਂ ਦਾ ਮਰਕਜ਼ ਹੋਵੇ ਤੇ ਬਾਬੇ ਦੀ ਖਿਦਮਤ ਦੇ ਵਿੱਚ ਆਇਆ ਖੜਾ ਹੋਵੇ ਤੇ ਹੱਥ ਜੋੜੀ ਖੜਾ ਹੋਵੇ ਤੇ ਅੱਖੀ ਦੇ ਵਿੱਚੋਂ ਹੰਝ ਵਹਿੰਦਾ ਖੜਾ ਹੋਵੇ ਤੇ ਬਾਬਾ ਚਿਹਰੇ ਤੋਂ ਦੇਖ ਕੇ ਜਿਹੜੇ ਬਾਬਾ ਦੇਖ ਸੀ ਬਾਬੇ ਦੇ ਦਿਲ ਤੇ ਕਿਆ ਗੁਜ਼ਰ ਸੀ ਮੇਰੇ ਹੁਸੈਨ ਕੀ ਅਛਾ ਚੁੰਮੀਏ ਬਚੜੇ ਦੀ ਫਰਮਾਇਆ ਨੇ ਅਕਬਰ ਕਿਆ ਅੱਗੇ ਮੇਰੇ ਦੁੱਖ ਤੇ ਆਜ਼ਮੈਸ਼ਾਂ ਤੇ ਸਦਮੇ ਘਾਤਿਨ ਜੋ ਆਪਣੀ ਹੰਝ ਦੇ ਨਾਲ ਵੀ ਮੈਂ ਮੁਸਾਫਿਰ ਹੁਸੈਨ ਦੇ ਜਿਗਰ ਨੂੰ ਛਲਜੀ ਪੀ ਕਿਆ ਤੈਨੂੰ ਪਤਾ ਨਹੀਂ ਮੈਂ ਤੇਰੀ ਅੱਗ ਦੇ ਹੰਝ ਬਰਦਾਸ਼ਤ ਨਹੀਂ ਕਰ ਸਕਦਾ ਮੈਨੂੰ ਨਾਨਾ ਮੁਹੰਮਦ ਦਾ ਹੁਸਨ ਯਾਦ ਆਵੇ ਮੈਂ ਆਪਣੇ ਨਾਨਾ ਦੀ ਅੱਗ ਦੇ ਅੱਖਾਂ ਵਿੱਚ ਹੰਝ ਦੇਖ ਕੇ ਬਰਦਾਸ਼ਤ ਨਹੀਂ ਕਰ ਸਕਦਾ ਅਕਬਰ ਕੋ ਰੋਂਦਾ ਲਿਖੇ ਮੇਰੇ ਹੁਸੈਨ ਤੜਪ ਕੇ ਬੇਚੈਨ ਸੀ ਕਿ ਅਕਲ ਕਰੇ ਦੇ ਸ਼ਾਲਾ ਕਬੀ ਨਾ ਰੋਵੇਂ ਅਕਬਰ ਕਹਿ ਰੋ ਆਇਆ ਹੀ ਜਨਾਬ ਅਕਬਰ ਅਦਬ ਨਾਲ ਨਿਗਾਹ ਜ਼ਮੀਨ ਤੇ ਟਿਕਾ ਕਰ ਕਹਿੰਦੇ ਨੇ ਬਾਬਾ ਮੈਂ ਕੋਈ ਉਹ ਖਿਆਲ ਰੋਹ ਹੈ ਕਿ ਸ਼ੇਖ ਤੂੰ ਸਮੇਂ ਤੇ ਨਾਰਾਜ਼ ਹੋ ਹੁਸੈਨ ਫਰਮਾ ਬਚੜਾ ਤੈਨ ਜੇ ਪੁੱਤਰ ਵੀ ਨਾਰਾਜ਼ ਹੋਣ ਦੇ ਡਾਡੇ ਹੋਣ ਤੈ ਕਿਵੇਂ ਸੋਚ ਕੇ ਤੇ ਮੈਂ ਤੇਰੇ ਤੇ ਨਾਰਾਜ਼ ਆ ਅੱਬਾ ਹਜ਼ੂਰ ਸਾਰੀਆਂ ਕੋਈ ਇਜਾਜ਼ਤਾਂ ਦਿੱਤੀਆਂ ਵੇ ਮੈਂ ਖਾਨੇ ਜੰਗ ਵਿੱਚ ਵੰਜਣ ਦੀ ਦੋਈ ਵੀ ਕੀਤੀਆਂ ਵੇ ਉਹਨਾਂ ਦੀ ਕਮਰ ਬਧਾਈ ਵੇ ਕੜ ਥੱਪੀ ਵੇ ਇਮਤਿਹਾਨ ਵਿੱਚ ਕਾਮਯਾਬ ਤਾਂ ਨਾਮੇ ਮੁਹੰਮਦ ਦੀ ਦੀਨ ਤੋਂ ਕੁਰਬਾਨੀ ਦਿੱਤੀ ਨੇ ਤੇ ਮੈਂ ਹਰ ਸ਼ਹੀਦ ਦੇ ਸਫਰੇ ਸ਼ਹਾਦਤ ਤੋਂ ਬਾਅਦ ਤੁਰ ਤੁਰ ਕੇ ਤੁਹਾਡੇ ਚਿਹਰੇ ਨੂੰ ਦੇਖਦਾ ਰਹੀਆਂ ਵੇ ਮੈਂ ਕੋ ਹੁਣ ਹੁਕਮ ਜੀ ਸੀ ਮੈਂ ਕੋ ਹੁਣ ਹੁਕਮ ਜੀ ਸੀ ਮੈਂ ਕੋ ਹੁਣ ਇਜਾਜ਼ਤ ਮਿਲ ਸੀ ਲੇਕਿਨ ਮੈਂ ਇਜਾਜ਼ਤ ਨਹੀਂ ਫਰਮਾਈ ਮੈਂ ਤੁਰ ਤੁਰ ਕੇ ਤੁਹਾਡੋ ਦੇਦਾ ਹਾਂ ਤੋ ਸਭੇ ਪਾਸੇ ਦੇਖਣ ਲੱਗ ਵੈਂਦੇ ਹਾਵੇ ਕੋਈ ਨਾਰਾਜ਼ਗੀ ਹੈ ਮੇਰੇ ਹੁਸੈਨ ਫਰਮਾਇਆ ਅਕਬਰ ਨਾਰਾਜ਼ਗੀ ਕੋਈ ਨਹੀਂ ਮੈਂ ਕੋ ਹੁਕਮ ਨਹੀਂ ਮੈਂ ਫਰਮਾਇਆ ਫਰਮਾਇਆ ਅਕਬਰ ਸਿਰੇ ਦੇ ਸੁਜੇਦਾ ਰਹਿ ਗਈਆਂ ਜੋ ਹੁਸੈਨ ਇਹ ਹੌਸਲਾ ਕਿੱਥੋਂ ਖਿੰਦਾਵੇ ਕਿ ਨਾਮੇ ਮੁਹੰਮਦ ਦੀ ਤਸਵੀਰ ਕੋ ਖਾਕ ਦੇ ਵਿੱਚ ਰਗਦਾ ਦੇਖ ਕੇ ਮੈਂ ਹੁਸੈਨ ਮਦੀਨਾ ਛੋੜ ਕੇ ਕਰਬਲਾ ਤੱਕ ਹਰ ਇਮਤਿਹਾਨ ਬਰਦਾਸ਼ਤ ਕੀਤਾ ਹੈ ਲੇਕਿਨ ਉਹ ਜਿਗਰ ਤੇ ਹੌਸਲਾ ਕਿੱਥੋਂ ਖਿੰਦਾਵਾ ਕਿ ਨਾਮੇ ਮੁਹੰਮਦ ਦੀ ਤਸਵੀਰ ਕੋ ਖਾਕ ਵਿੱਚ ਰਗਦਾ ਢਲਦਾ ਦੇਖਾ ਜੇ ਸਬਰ ਕਰ ਵੰਜਾ ਮੈਂ ਇਹ ਵਾਸਤੇ ਇਜਾਜ਼ਤ ਨਹੀਂ ਦਿੱਤੀ ਜਨਾਬ ਅਕਬਰ ਅਰਜ਼ ਕਰਦੇ ਨੇ ਅੱਬਾ ਹਜ਼ੂਰ ਤੁਹਾਡੀ ਰਿਫਾਤ ਤੇ ਫਿਕਰ ਆਪਣੀ ਜਗ੍ਹਾ ਤੇ ਮੈਂ ਕੋਈ ਉਹ ਖਿਆਲ ਅੰਦਰੋਂ ਖਾਦੀ ਰਹਿੰਦਾ ਕਿ ਅਗਰ ਮੇਰੇ ਹੋਣੇ ਤੁਸਾਂ ਸ਼ਹੀਦ ਥੀ ਵੀ ਹੋਵੇ ਤੇ ਕਲ ਕਿਆਮਤ ਦੀ ਭਾਗਤਾ ਦੀ ਸੈਯਦਾ ਪਾਕ ਜ਼ਹਰਾ ਮੈਂ ਕੋ ਮੱਥੇ ਨਾ ਲਾਇਆ ਅਕਬਰ ਭਾਈ ਮੈਂ ਮੱਥੇ ਨਾ ਲੈਂਦੀ ਮੇਰਾ ਝੋਲੀ ਦਾ ਪਲਿਆ
मेरा चकिया पी पी के सामने हुसैन जिन जुल्फा को समरे ने समरे ने पहर लगवे ने है जेड़ा अपने मुंह च एक बारी रोवे है ते मेरा बाबा मोहम्मद मुस्तफा के हुजरे च आके फरमावे ज़हरा हुसैन के रोवण ने देवे हुसैन के रोवण ते मैं मोहम्मद रोंदा जे मैं रोवा तो फर्श तो फर्श तक कहरात रोंदी ਉਹਨਾਂ ਦੀ ਜ਼ਾਰਾ ਨੇ ਫਰਮਾਇਆ ਅਕਬਰ ਤੇਰੇ ਸਾਹਮਣੇ ਮੇਰੇ ਹੁਸੈਨ ਸ਼ਹੀਦ ਜੀ ਨਾ ਰਿਹਾ ਤੇ ਤੈ ਆਪਣੀ ਜਵਾਨੀ ਪਿਆਰੀ ਕੀਤੀ ਹੈ ਮੈਂ ਕੀ ਵਜ੍ਹਾ ਤੋਂ ਖੌਫਜ਼ਦਾ ਹਾਂ ਕਿਆਮਤ ਦੇ ਦੀ ਦਾਦੀ ਦੇ ਮੱਥੇ ਕਿਵੇਂ ਲੱਗਸਾ ਮੇਰੇ ਮਾਮੇ ਆਲੀ ਮਕਾਮ ਨੇ ਫਰਮਾਇਆ ਅਕਬਰ ਮੈਂ ਤੇ ਇਜਾਜ਼ਤ ਦੇਵਣ ਦੀ ਤੇ ਤਿਆਰ ਹਾਂ ਵਾਂ ਆਪਣੀ ਦੁਖੀ ਅੰਮਾ ਕੋ ਮਿਲਣਾ ਆਪਣੀ ਪੁੱਤੀ ਸੈਣ ਕੋ ਨਹੀਂ ਜਾ ਸਕਦਾ ਤਕਮੀਲ ਮਜ਼ਮੂਨ ਵਾਸਤੇ ਅਰਜ਼ ਕਰਾਂ ਜਨਾਬ ਅਕਬਰ ਜੀਵੇਂ ਗਏ ਜੀਵੇਂ ਇਜਾਜ਼ਤ ਮਿਲਣੀ ਜਨਾਬ ਅਕਬਰ ਜੀਵੇਂ ਆਏ ਮੇਰੇ ਇਮਾਮ ਨੇ ਜਨਾਬ ਅਕਬਰ ਕੋ ਘੋੜੇ ਤੇ ਸਵਾਰ ਫਰਮਾਇਆ ਮੇਰੇ ਇਮਾਮ ਨੇ ਰਵਾਨਾ ਕੀਤਾ ਇਜਾਜ਼ਤ ਦੇਵਣ ਦੀ ਦੇਰ ਥੀ ਸ਼ੌਕ ਸ਼ਹਾਦਤ ਦੇ ਅੰਦਰ ਅਕਬਰ ਇਹ ਜਿਹੜਾ ਬੇਤਾਬ ਹੈ ਕਿ ਜਨਾਬ ਅਕਬਰ ਨੇ ਇਵੇਂ ਘੋੜੇ ਦੀ ਲਗਾਮ ਕੋ ਹੱਥ ਲਾਇਆ ਇਵੇਂ ਏੜ ਦਾ ਇਸ਼ਾਰਾ ਕੀਤੇ ਨੇ ਘੋੜਾ ਹਵਾ ਤੇ ਜੋਸ਼ ਤੇ ਪ੍ਰਵਾਸ ਕਰਨ ਲੱਗਾ ਇਹਨੂੰ ਜਨਾਬ ਅਕਬਰ ਹਵਾ ਦੇ ਦੋਸ਼ ਤੇ ਘੋੜੇ ਨੂੰ ਸਵਾਰ ਕਰਾ ਕੇ ਮਹਾਵੇ ਪ੍ਰਵਾਸ ਤੇ ਉਹਨੂੰ ਮੇਰੇ ਹੁਸੈਨ ਆਖਰੀ ਵਸੀਅਤ ਕਰਨ ਵਾਸਤੇ ਜਨਾਬ ਅਕਬਰ ਨੂੰ ਆਵਾਜ਼ ਦਿੱਤੀ ਅਹਿਲੇ ਮੁਹੱਬਤ ਤਵੱਜੋ ਹੋਵੇ ਮੇਰਾ ਹੁਸੈਨ ਜਿਹੜੀ ਜਗ੍ਹਾ ਤੇ ਖੜਾ ਹੈ ਮੇਰਾ ਹੁਸੈਨ ਹੀ ਤੁਰੇ ਫਰਮਾਇਆ ਨੇ ਅਕਬਰ ਰੱਬ ਅਕਬਰ ਦੀ ਬਾਰਗਾਹ ਚ ਬੈਂਦਾ ਪੈ ਇੱਕ ਵਾਰੀ ਹੁਸੈਨ ਦੀ ਆਖਰੀ ਨਸੀਹਤ ਸੁਣੀ ਲੇਕਿਨ ਜਨਾਬ ਅਕਬਰ ਸ਼ੌਕੇ ਸ਼ਹਾਦਤ ਦੇ ਅੰਦਰ ਇਹ ਜਿਹੜੇ ਬੇਤਾਬ ਹੈ ਨਾ ਦੇ ਮੁਸਤਫਾ ਦਾ ਮੁਖੜਾ ਦੇਖਣ ਵਾਸਤੇ ਰੱਬ ਦੀ ਬਾਰਗਾਹ ਦੀ ਹਜ਼ੂਰੀ ਵਾਸਤੇ ਇਤਨੇ ਬੇਚੈਨ ਹੈ ਜਨਾਬ ਅਕਬਰ ਦੀ ਕੰਨਾਂ ਤੱਕ ਆਵਾਜ਼ ਨਹੀਂ ਪਹੁੰਚੀ ਜਨਾਬ ਅਕਬਰ ਉਹ ਪ੍ਰਵਾਸ ਦੇ ਵਿੱਚ ਇਹਨੂੰ ਹੁਸੈਨ ਦੇ ਪਾਕ ਲਸ਼ਕਰ ਦਾ ਅਲਮ ਬਰਦਾਰ ਜਨਾਬ ਅਬਾਸ ਜਿਹੜਾ ਹੱਥ ਵਿੱਚ ਅਹਿਲੇ ਹੱਥ ਦਾ ਅਲਮ ਖਿੰ ਕੇ ਖੜੇ ਜਿਹਨੇ ਦਿੱਤਾ ਜ਼ਰਾ ਕਿ ਜਨਾਬ ਅਕਬਰ ਜਵਾਬ ਨਹੀਂ ਦਿੱਤਾ ਤੇ ਜਨਾਬ ਹੁਸੈਨ ਲਹਿਰ ਟਿੱਬੇ ਤੋਂ ਪਿੱਛੋਂ ਤੁਰਨ ਜਨਾਬ ਅਬਾਸ ਕੋਲ ਜ਼ਬਤ ਨਹੀਂ ਸੀ ਬਰਦਾਸ਼ਤ ਨਹੀਂ ਸੀ ਜਨਾਬ ਅਕਬਰ ਨੇ ਸ਼ਹਬਾਜ਼ ਅਲੀ ਕੋਲ ਪਰਵਾਜ਼ ਕੀਤੀ ਹੈ ਤੇ ਆਵਾਜ਼ ਦੇ ਕੇ ਅਕਬਰ ਨੂੰ ਜਿਵੇਂ ਰੋਕੇ ਨੇ ਅਗਰ ਤੇਰੀ ਇਜਾਜ਼ਤ ਹੋਵੇ ਉਹਨਾਂ ਜੁਮਲਿਆਂ ਨੂੰ ਮੈਂ ਸਰੇ ਕੀ ਤਰਜਮਾ ਕਰ ਛੋੜ ਸੁਜਾਗ ਬੈਠੇ ਮਜ਼ਮੂਨ ਸਿੱਧੇ ਲਈ ਮੈਂ ਪੜਨ ਦਾ ਹੱਕ ਅਦਾ ਕਰੇ ਸਾਂ ਤੂੰ ਸੁਣਨ ਦਾ ਹੱਕ ਅਦਾ ਕਰੇ ਸੁਭਾਨ ਜਨਾਬ ਅਬਾਸ ਅਲਮ ਬਰਦਾਰ ਸ਼ੇਰੇ ਖੁਦਾ ਦਾ ਸ਼ੇਰ ਬਚਣਾ ਜਨਾਬ ਹਜ਼ਰਤ ਵਾਲੀ ਅਬਾਸ ਕਿਵੇਂ ਪੁਕਾਰਨ ਫਰਮਾਏ ਨੇ ਅਕਬਰ ਤੂੰ ਸਖਫੀ ਉਫ ਫਤਾ ਨਜਮ ਸਹਰ ਜਨਾਬ ਹਜ਼ਰਤ ਪਾਕ ਅਲੀ ਅਕਬਰ ਦੀ ਅੰਮਾ ਜਦਨਾ ਸੈਯਦਾ ਪਾਕ ਲੈਲਾ ਹੈ ਇਹ ਕਬੀਲੇ ਬਨੂ ਸਫੀਬ ਦੀ ਹੈ ਈ ਵਸਤੇ ਅਦੀ ਬੰਦੇ ਨੇ ਪਲੀਤ ਬੰਦੇ ਨੇ ਅਦਬ ਦੀ ਦੁਨੀਆ ਦੇ ਸਾਰੇ ਲਵਾਜ਼ਮਾਂ ਪੂਰੇ ਕਰਨ ਵਾਸਤੇ ਈ ਜੁਮਲੇ ਨੂੰ ਅਲਫਾਜ਼ ਦਾ ਲਿਬਾਸ ਬਣਾਇਆ ਹੈ ਤਾਂ ਕਿ ਕੋਈ ਪਹਿਲੂ ਤਸ਼ਨਾ ਨਾ ਰਹੇ ਕੋਈ ਸ਼ੌਕ ਦਾ ਪਹਿਲੂ ਤਸਾ ਨਾ ਰਹੇ ਜਨਾਬ ਅਬਾਸ ਪੁਕਾਰ ਕੇ ਸਮਝੇ ਨੇ ਤੂੰ ਸਖਫੀ ਉਫ ਖੁਦਾ ਨਜਮ ਸਹਰ ਓ ਜ਼ਹਰਾ ਪਾਕ ਦਾ ਚੰਨੇ ਤੇ ਦਾ ਭਾਈ ਸ਼ਬਾਬ ਬੁਲਾਰੀਆਂ ਵਿੱਚ ਪੀਆ ਤੋੜ ਕੇ ਵਹਦਾ ਬੰਨੇ ਤੂੰ ਮਰਕਬ ਤੇ ਅਸਰਾਰ ਵਨੇ ਓ ਪੈਦਲ ਖੁਸ਼ਕ ਤਹਨੇ ਜ਼ਰਾ ਬਾਗ ਪੁਛਲ ਮਤ ਥਕ ਹੋਵੇ ਮਖਦੂਮ ਦਾ ਦਲਿਆ ਆਇ ਅਕਬਰ ਤੋਂ ਜਵਾਨ ਹੈ ਮੇਰਾ ਮੌਲਾ ਹੁਸੈਨ ਦਾ ਢਲਿਆ ਸਾਹਮਣੇ 56 ਸਾਲ ਮਰੇ ਤੂੰ ਸਵਾਰੇ ਹੁਸੈਨ ਪੈਦਲ ਅੱਜ ਤੀਜਾ ਦਿਹਾੜਾ ਤਸਬੀਹੇ ਲਾਸ਼ਾ ਢੋ ਢੋ ਮੇਰਾ ਮੌਲਾ ਹੁਸੈਨ ਥੱਕਾ ਖੜੇ ਪਿੱਛੂ ਬਾਬਾ ਸਦੀ ਨਾਲ ਬਈ ਅਕਬਰ ਤੇ ਬੜੀ ਜਲਦੀ ਹੈ ਜ਼ਰਾ ਬਾਤ ਪੁੱਛਾ ਪਿੱਛਾ ਮੁੜ ਕੇ ਲੜੇ ਨਾਰਾ ਤਕਬੀਰ
جناب حضرت علی اکبر کی مزید پیچھا فرمائیے بابے دا چہرہ نظر آیا جناب اکبر نے گھوڑے دی زین چھوڑ دتی زمین تے آئے بابے دی آئی نے پاک قدماں تے سر رکھ بوسا دے کے کہن آقا معاف چا کرائے میں کہ میں خیال دے شوق وچ محبے پروان تھامی تہاڈا پاک حکم میری اکلاں تک آیا کوئی نہیں میرے حسین نے اٹھایا ہے میرے حسین سینے دے نال لایا ہے فرمایا بڑا ایک دہان تے کو آخری ہے ہی رہ گئی ہے جی بابا فرمایا نے اکبر خیال کرے سونا ڈاڈا ہے میرے نانے محمد دی تصویر ہے ذرا اپنے حسن و جمال تو تے نقاب پا جا مت اگے پد نظر دی نظر ور وئی اکبر خیال کرے تو حیدر کرار دا پوت ہے شیر خدا دا پوت ہے کتنے زخم جھلے سینے تے جھلے کوئی زخم کڈ دے نہ ہوے مت ابو شامی مت ابو کوفی میرا لے لے ہاتھ علی دا پوت حال تے پھج پی رہا کڈ دے لگا سبحان اللہ جناب اکبر علی دی ابا انشاءاللہ گلا ناز دی جناب علی تیرا تے صحیح تھیو جناب علی جناب حضرت اکبر میدان پر بڑا بہادرانہ رچ پڑھ کے فرمایا انا علی ابن حسین ابن علی فرمایا میں علی ہاں حسین دبے تو حسین جڑا علی دبے تے ای دنیا دے وچ کی ملے روح زمین اللہ دے رسول دے نسب دے لحاظ نال خاندان دے لحاظ نال نبی دے وارث ہون دا دعوی جیویں اسا کر سکدے ہیں ایویں کائنات وچ کوئی بھی عمل دے نال نہیں کر سکدا اگر کہ تو جرم چھوڑو میرے سامنے آؤ جناب اکبر جی نے فرمایا کہ کہیں کوئی جرت ہو گئے تو میرے سامنے آ گئے جناب اکبر جی آواز دی کرکر تھی کہ ایک میں کون کھڑے پوچھ دیں ایک میں کون کھڑے پوچھ دیں کون ہوئے سے ایک میں کو حدے تو سامنے من کو پچھا ہاں کو بے کو حدے تو من ایک میں کو حدے تو من تو من عمر ابن سعد کے شمر کٹھے کھڑے تے شمر عمر ابن سعد کو حدہ ہوئے یہ جوان وہ حسین دا پتر ہے وہ ہے علی ابن حسین سونے سے جنی شکل رسول نال مل گئی عمر ابن سعد شرمندہ تھی کیا جہا ہے تو شمر حد اگر جوان کو منت کروں ہاں ایک واری ان چہرے تو نقاب لہاوے ہاں چاہ تاکہ سر رسول دی تصویر دی زیارت کر گئی جی رہی اگر حل کی تھی نہیں نا علی دے بچڑا جلال دے وچ تلوار نشچ حالے تلوار نہیں کھولی جناب اکبر نے اپنے گھوڑے دی لگام پوری چھٹی دتی ہے کہ سیانے گھوڑے نے انہیں اگلے سنبھ چا کے زمین تے تی مارن کہ کربلا دی دھرتی ہل گئی فرمائے نے موسی مکہ کیا علی دے پوترے کو ٹھگن واسطے گل بھی کرے نے اگر رسول دی تصویر نال تو اے جڑا پیار ہوے گا رسول دے موڈیاں دے سوار حسین تے پانی مان کر دیو اللہ 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 صرف گھوڑے نہیں دے اگلے صبح چا کے زمین تے مارے کو کربلا دی دھرتی میں چونک گئی دوہ پیچھے ہٹ گئے فرمایا نے پیچھے کیوں ہٹ دیو میری زیارت کرن دی بجائے او میری تلوار نال ملاقات کر سبحان سبحان جناب پاک اکبر بہادرانہ رجز پڑھ دے کھڑے دشمن نے صفا پر دے دے کھڑے ایک کتاب تاریخی روایت کے مطابق جناب علی اکبر نے 150 یزیدی کو جہنم بجایا 150 زوگیاں کو فتنار کیتے نے ایک سر دہن کے پیسے رہ تک اپنے گھوڑے کو ہوا دے دوش کے اڑے دے صفا پلٹا چھوڑے دے بڑیا بڑیا بہادرا کو میدان چھڑوا دے دے 150 یزیدی کو ٹکڑے کر کے جناب اکبر نے گھوڑا گھوڑ ہے ابے دی بار گاہ دی جوال لائن قدم چن لے فرمایا اکبر ول کی میں آئے علی مت ابا حضور اگر اجازت ہوے ہن سہوا چند رہ گئے ہن ملاقات آخری ہے اگر اجازت ہوے اپنی کوئی دل دی آخری خواہش دس نا میرے حسین نے اکبر کو فرمایا جڑی دل دی فرمائش دسا کی حال
جناب اکبر عرض کی تھی حضور میری پہلی فرمائش تھی خواہش تھی تمنا یہ ہے چھ مہینے تھی کہ نانے مصطفیٰ دا روزہ چھوڑے ہوئے نانے مصطفیٰ دے روزے دی زیارت دے شوق نے بیتاب کیتا ہوئے کرم نوازی کرا کے نانے دے روزے دے دیدار تے کرا دے میرے حسین نہیں میں تو انگلی چاہیے فرمائے پر ذرا ان انگلی دے درمیان تے دے جناب اکبر نے تیر جو چاہیے حسین نے انگلی دی وچ دی وچو مدینہ نظر آیا نانے مصطفیٰ دا روزہ نظر آئے جناب اکبر سلام پیش کی اس کی عرض کی تھی بابا حضور نانے دا روزہ نظر آ گیا اکبر بھائی گہن دسا ابا حضور میری بھائی خواہش ہے ایک واری بنو ہاشم کی حویلی دے دروازے تے دیکھ نہ بس 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 دی حویلی سیدہ دے بس دے بس دے گھر پردے ویلے تالے مار کے کنڈے بند کر کے آئے ہاسے ایک واری دے دھامی کہ تالے کنڈے کھولے بھی ہریوں میں بند پڑی میرے حسین فرمائے ولا دید ماں جناب اکبر ولا دید ماری ہے رو گھر کر دے بابا کہیں نہیں کھولے کنڈے ہوں میں بند اکبر بھائی خواہش عرض کی بابا او منظر میں کوئی حالے تک یاد ہے جن میرے سارے قفلا تیار کیا گیا ہا تے تو حالے پٹھے پرن دے شوق دے اندر میری بہن صغرا ساری تو پہلے سوار تھی بیٹھی تے جڑے میرے تو سر لسٹ سوئیے نہ بننے والیاں دی تے فرمائے میں صغرا ہی تھئی راسی تے میرے منہ تو دیکھ کے فرمائے وے اکبر صغرا کو آپ بن کے لہا بھی تے دی آکھے تے گل آسی تے میں پوچھا ہی بابا میری بہن دا قصور کیا ہے تو سب فرمایا نانے مصطفیٰ دی شریعت اجازت نہیں دیندی میری دھی صغرا دا گھر والا میرا بھتریجا حسن مسنا گھر کہیں نہیں میں شریعت دی حفاظت کرے نہ پیاں بغیر خاوند دی اجازت دے اون دی بیوی کو نال کیویں نہ من اکبر آپ لہا بھیڑ کو تے میں جلے لہایا ہے تے جی میں بھیڑ میں کو رک سکتی میں دیکھنا چاہتا میری بھیڑ کیڑے حال دے میرے مام علی مقامی نے اگلی چاہے فرمائے میں کوئے منظر تلے تھا ترد نہ وہ سی لیکن مجبورا ہر میں چکی تھی جب منظر دکھے تھا میرے سائے نے اگلی کھڑیا کی تھی جناب اکبر دی دید پئی اکبر وہ نہ رونا زمین کے بہ گئے عرض کی تھی بابا منظر سامنے دے دے پڑا سارے گھر دے دروازے دی دہلی دی اندروں ایٹی دی اندروں میرے دی وحد تے جتا آخری والی سورا کل بدا چپ کر کے شادیاں کر کے لے اے تک شادی نہ کرے جد میں سورا کا کاٹا نہ دے دے بابا میں دید ماری ہے آلے رکھی بہن اوہے میں علی رات بیٹھی ہے میری قدمہ دے نشانہ تو کھل کے رونے بھی بیٹھی ہے آدھے اکبر ماتے بھول گئے بہن کانڈا تکے دی بیٹھی ہے نہ کانڈا آیا ہے نہ اتنا آئی ہے نہ کاسر آیا ہے اکبر سکینہ نال ارواح زندہ ہو سے اماں لیلی نال بی بی زینب دے نال اپنی طبیعت کو خوش کر زندہ ہو سے میرا کانے میں ارواح ماں تک ادرا جناب اکبر رو رو کے زمین پہ بہ گئے میرے حسین بلا اٹھا لے شہزادی کو آخری دعا دیتی ہے کہ فرمایا اکبر ذرا میری زبان اپنے منہ وچ پا چا تو تسا دا ڈھکنا بیا پانی تے کوئی نہیں لیکن میری زبان دے اندر نانے محمد دی تاثیر ہے جو میرا نانا میری زبان کو چوسے دا ہے میں نانے دی زبان کو چوسے دا ہوں تو میری زبان کو چوس چاہوں گی تیری پوجت رہے لہے ویسے جناب حضرت اکبر میری امام دی زبان کو چوسے تھوڑی دیر تو آتا بابا کوثر و تسنیم کے مزے آ گئے تیرے لہ گئی ایک باری بلا اجازت فرماؤ میرے حسین اجازت دیتی جناب اکبر بل گھوڑے کو ایڑ لئی پنجاب یزیدیاں کو ٹکڑے کی
زخمان دے نال چور تھے آخری زخم جڑا جناب اکبر کو لگا اتھے جگر دے وچ پرچے دا پھل لگا ہے پرچے دا پھل لگن دی دیر ہوئی ہے دیوے خیام تو موکر کر دی دیے یا ابتا ہو ادرک نی اے بابا آپ 18 سال دے جوان اکبر کو سبحان میرے حسین دے کناں تے آواز گئی ہے میرے حسین وچ ٹر بھی جلا ہے اکی جوہنجی بہادی نے میرے حسین وچ کمر تے ہتھ رکھ جلا ہے جے جناب اکبر دا جس میں اندر جو خون مڑا ہے گھوڑا باوے بے زبان جانور تھا لیکن حسین زہرا دے گھر دا نمک کھا رہا جناب اکبر دا خون مڑ ہے جلے گھوڑے محسوس کیتا ہے میرا سوار کمزور ہو چکا ہے ہو سکتے جھن منجے تے سوار عام سوار نہیں رسول اللہ دی تصویر ہے خاک تے کیویں جھڑ سی گھوڑا سیا رہا کیویں اگلیاں صفاں دے نال کیویں سوا چلے رہا ہے کربلا دے سوا تو بہر نکل کے کربلا دے آخری ٹبے دے دامن دے نال مل کے تھوڑا انسان والی کار زمین تے بیٹھ زمین تے بہ گئے وہ پہلو زمین تے لائے اس جتے جناب اکبر ہے آرام دے نال جیویں انسان ہے کو ہتھ تے لب کے لے دے ایویں جناب اکبر کو ڈبے دو تے بہا دیتا جناب اکبر ڈبے تے بیٹھے انو جناب امام علی مقام نے کنا دے جڑی آواز آئی میرا حسین دل دل لے میرا حسین جتے دیکھے اکبر نظر نہیں انصاف جدید ماری ہے او سب نے جدید ماری ہے پکار کے ادے رکھوا یا تو گم تھی گئے یا میرے اکھی دی روشنی لگ گئی ہے اکبر تیرے ٹور دماغ میری اکھی دی دید کم نہیں کرے نہیں بچڑا کے دے ہے ای دوران میرے امام علی مقام جناب اکبر دے پسینے دی خوشبو ای پاسے پھر نہیں ہے جتھا جناب اکبر جلوہ گڑ ہے جناب اکبر زمین تے سوتے ہوئے دولھے بڑے بڑے انہوں میرا حسین آئے اگر تیری طبیعت اجازت دے وے میں سعود بھی تسکین واسطے یہ چار مصرے پر چھوڑا کہ انہوں میرے حسین تو میں انہوں گرو سے شہادت جناب اکبر دے قدم چمڑا واسطے ان حسین تو رہے انہوں گرو سے شہادت تو رہے درمیان دے اندر جرا منظر بڑے کہ پرانے استاد آدمی نے خراج عقیدت پیش کرے نہیں ہوئے قلم نہ کر دادا کر کے آکھے انہوں جلے میرے عروس سے شہادت آئیے انہوں میرا حسین آیا ہے دکھا موت دی چہرہ اکبر جڑا مردہ کربلا دی دھر 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 مرے سرمایا شبیر دی کل زندگی دا میرے حسین نے کن فرمے نے کر ہاتھ پاسے میں چھچنا ہے تیرے جگر جو پھل پر جیدا ہمیں شکل نبی احساس نکیدا تیرے گا دل مسل حمیدا میرے حسین نے اکبر دا پاک سر جایا ہے پاتل ہولی دے اندر بے ساختہ دنیا دے عدیب دنیا دے عدیب دنیا دے بلیب دنیا دے شاعر تڑپے آدھر ہور تک بڑے سونے سونے آئے ہیں دنیا دے آئے تو دنیا دے گئے لیکن جڑا اے منظر ہے ایدھے تو بے ساختہ آکھنا پائے میں دے جدا اکبر سین کو چھوڑ بیٹھے ہو نبی دے عاشق آلے آلے دے ہمدارو توجہ ہے جناب اکبر جل بھوڑ بھی زیر ہوئی تلے آئے جدا اکبر زیر چھوڑتا تھی موت ارمانی تر گئی بے درد جہان دے سونیا کو او شکل شہانی تر گئی جدی لاش جے منا کل موت اکبر دی جوانی تر گئی بعد اکبر دے بس دنیا تو بھرپور جوانی
میرے حسین جناب اکبر کو سر رکھے جھوٹ جناب اکبر دا ہتھ تھا رکھا ہوئے میرے حسین نے فرمایا اکبر ہتھ کیوں رکھی پئی ارج کی جی بابا ٹردے ویلے نصیحت نہ بھی کیتی کوئی زخم کنڈ تے نہ ہو اکبر دی کنڈ تو چولا لہا کے دیکھو چاہی کہ زخم نہ مل سی کنڈ تے سارے زخم سینے تے چلے جنگ دا ہتھ ادا کیتے تہاڈے حکم دی تعمیل کیتے سارے زخم سینے تے لیکن اے زخم دا دھکاری اے کہ ظالم نے پرچا مارا تے پرچا وچ کھڑے حسین فرمائے جے ظالم پرچا مارے کڈانس اپا حضور تو سے کڈن لا دیو جے ظالم پرچا مارے نہ تے ایں کنڈ والا کے ٹرے او مردود آدا ویلا سن دے ہیں حسین بڑا صابری اے لیکن بدری جا پڑے جا نے اللہ شاہ چا بڑا سر جڑا اپنے 18 سال دے بچڑے تے جگر وچوں پرچا کر سی پتہ لگ سی صبر کہ کو اکھے فرمائے نے اکبر اچھا اگر میں مظلوم حسین دا صبر آزماونا چاہتا ہے میں زمانے کو صبر دا مضمون سمجھاونا چاہتا اکبر ہتھ ہٹا میں پرچا کرتا زمانے کو دسینا حسین کہہ کو ہٹا زہرا دے تھن دا اثر کیا ہوندا ہے رسول دے مونڈھے دی سواری دی تاثیر کیا ہوندا جناب اکبر نے میں ہتھ پاسے جگی تھی ساری دی توجہ میں نیاز مند ہوئے جناب اکبر دے ایں ہتھ پاسے جے ہوئے میرے حسین نے اپنا ہتھ ایں پرچے دی وچ رکھے اللہ اکبر کر کے کٹھن دا ارادہ کیتے اچانک میرے حسین محسوس کیتے جی میں بدل چھا گیا میرے حسین غور کیتے کرد بعد کوئی بدل دا ٹکڑا آ گئے موسم تبدیل سبحان اللہ اگر تو اجازت ہوے موسم دے تبدیل ہون تے شعر سناما تو ابو میں راس اپنے مضمون وچ لیکن پھر سخت میرا دل کہ میں پاس چلا گیا میں اپنے مضمون کو چھوڑے سن لیکن سبحان اللہ میرا اپنا پردہ میں پاس چلا گیا محرم کو گرمی بڑی اے جڑا سات محرم گزرے پرسوں گرمی بڑی ہوئی شدید گرمی ہوئی گرمی دی بھی جلسے بھی پڑھن تقریراں بھی کیتیاں حبس بھی ہوئی گرمی بھی ہوئی لیکن اچانک شام کو جڑے ویلے بدل آئے تے بدل وسن شروع تھے بارش آمن شروع تھئی ہے این نوکر اہل بیت نیاز مند اہل بیت خیال اچانک 1400 سال پیچھا لگا گیا بے ساختان آسمان دے بدل تو ود کے اکھینے بدلیاں بس پلیاں خیال آگئے کربلا دی تاریخ دا منظر سامنے آگئے کہ جرے ویلے سیدہ پاک زینب کربلا جو سین واپس آئی ہے تاریخ کے مطابق سین ایک سال یا دو سال یا ایک روایت کے مطابق 3.5 سال سیدہ پاک زینب کی دنیا دو تے رہیں یہ دنیا دو تے رہی ہیں لیکن جیڑے ویلے کڑی ٹھڈی ہوا دے جھونکا آوے ہتھ بدل وسے ہتھ میاں آون لگے سیدہ پاک زینب بے چین تھی میں نہیں ہے سین کربلا یاد آوے دی سین روئی پوے ہاں تے آسمان والے پاسے بدل دو دے کے جڑا جملہ آ کے ہاں بچا کے نسو برداشت کر کے نسو اگر حوصلہ ہوئے تاب و تباہی ہو تو دے اندر تا تاریخ کے تامند وچ واقعات محفوظ ہیں سیدہ پاک دی نگاہ جنا آسمان دے بدل دے پوے ہاں ام المسائل شریکت الحسین سیدہ زینب آسمان تو بدل دے بس دا دیکھے آسین رو پوے ہاں رو کے بدل نال مخاطب جی کے آنکھے کیا تھی پولا تھسا بس Yeah.
सैयदा ज़हरा दी जाई इवें बदल को देख रो पवे आख्या क्या थी पौंदा तुसा बस पौंदे ते विच जंगल करबो बनाए मौसम थी तब्दील वैदा ते चल पौंदी सर्द हवाए जिगरी बहुत सारे हाथ फैलाए बुलंद है बहुत सारी अखी ने बोलू की तेन गुसल की तेन बेसाख्ता मुकरण मगे ने एक बारी तेरे दर्द तेरा मिच मेरा फकीर पर छोड़े ते सैनी ने बदल तो दे के रो पवे आके क्या थी पौंदा जंगल कर बनाए मौसम थी तब्दील मैदा भूल पौंदी सर्द हवाए जिड़ी भी कही बाग अगारियां दे फरवरे दा कुल सहराए शाख थी जाते सजदा देदा खुश थी दी आन मिलाए मेरे हुसैन ने कहे कि मौसम तब्दील थी गए बदल आ गए क्या वजह है इन्नू पक्षे दे अंदर हाथ मेरे हुसैन मजबूर याद है सुभान सुभान इन्नू पक्षे दे विच हाथ मेरे मुर्शिद हुसैन दा निगाह उत्ते कीती लेकिन मेरे हुसैन बैठे ना बदल है ना गर्द बाद है मंजर निराला हा मेरे हुसैन दे बाबे शेर खुदा मुर्शिद अली दे हद उते वादी जिन्नात दे अंदर मक्का मुकर्रमा तो एक सफर ते रसूल दे नाल वापसी दे उते 3000 जिन्नात ने कलमा पढ़ा मेरे मुर्शिद अली दे हद उना दे सरदार दा नाम है जाफर आज फजर तू मेरे हुसैन ने कदम च आके वल वल इजाजत मांगदे हुसैन मैं पूरी कौम कबीले समेत आया था नौकरी दा मौका रे मैं हनाब जम करे था मेरे हुसैन वल पीछा वाला भेजे ने वाला पीछा वाला भेजे ने वाला पीछा आखरी बारी जेले ओ सरदार की तहा ना मिलज पाल इजाजत क्यों नहीं मिले दे फरमाए ने जाफर ते को इजाजत ते हुंदी लोड के दिए जे अगर जंग ही लड़नी हो गया मेरे को अब्बास काफी जे अगर जंग लड़ना मकसूद हो गया हाँ ये जंग करना सारा मकसद हो गया हाँ अब्बास दे बाजू क्यों कलम करा मा हिको मेरा गाजी कल्ला काफी ना सारा मकसद जंग लड़ना ना सारा मकसद कियामत तक हाथ पाका फर्क दस फरमाने जाफर जंग दी इजाजत कोई नहीं जाफर रोंदा ही रह कर बला दे किनारे ते खड़ा रहे हुन जन मेरे जनाब अकबर जमीन ते आन ते मेरे हुसैन ने परचे दे विच हाथ रख के कठण वास्ते फल ते गर्मी डाडी है सूरज दी तपेश है जाफर को बर्दाश्त नहीं थी अभी रसूल दी तस्वीर ते धूप होवे परछा निकले अकबर तड़पे रसूल दी तस्वीर दो ते दुख हो गए मेरे को बर्दाश्त नहीं थी वे जाफर बेसाख्ता उठे जनाब अकबर दे सिर दे उते आके सजदे अकू अपने सीने दा छत्ता कर कर अपने सीने दी छां कर खड़े ताकि अकबर दे उते धूप न पवे मेरे हुसैन जेले के थे ना जाफर आया खड़े मेरे हुसैन जेड़ा सबर ते हिम्मत ने को हवालिया तू भी ठेर हा मेरे हुसैन ने रुक की ते जेड़ी गल जाफर नाल की दी ने सुन भाई वन्या तकमीले मजमून तौर ये जुमला अमानत अल्लाह अपनी समाप्ति विच रखे मेरे हुसैन ने जिथे फरमाया पल मन जाफर तू घर फरमाया जाफर पल मन जाफर तू घर अपने हुन तक रिहा नहीं छांदा उडू देख तसरीर पे डर वल तू मेरे नना मैं तो हाथ जुल्फ़ा
लेकिन भला सन्हा अकबर जवान है मेरे हुसैन चावल वैदा का गीता है फिर तुम्हारा नाज जमीन के सब छोड़ी जनाबे अब्बा तेरे के भर मैंने अब्बास तवज्जो है कोई सारे इम्तिहान हुसैन भुगता कितन तक भुगता खसा अकबर दी लाश चावल वाला इम्तिहान बड़ा औख है जनाब अब्बास ऐन जनाब हुसैन वाला लाश चवई ने जिन मेरे खेमे ने भी खिड़के हैं इतनी अपने ज़हन को हाजिर रख से बहुत बड़ा तकमील मज़मून का शेर है जेड़ा तेरे तक पहुंचाना चाहता है सैयद के कलम तो निकला होया और मेरे हुसैन चाहिए ने बहुत बड़ा इम्तिहान है बहुत बड़ी आजमाइश है ये पीऊ दे वाह वाह जय पीऊ दे पुत्र जवान हो ओ वहद पाक खुदा ना मौत दिखावे पुत्रां दी ना दर्द दे पीऊआ जज लाश शबर दी पीऊ अकबर दे लेकिन जरा अकबर को शहीद करा के लाश चाचे आप खेमे पहुंचा के हाथ लाल दफनावन वाला इम्तिहान दिते ये कायनात न कहेंगे इम्तिहान दिते ना कया मत तक रेसी सच आखे आखा वाले ने के जमाना हुसैन दा सदियां सारियां हुसैन दियां ये सूरज ते चंद सितारे के सारियां नगरियां हुसैन दियां जमाना लखा करवटा बदलदा रासी लेकिन हुसैन दी अजमत दी और नक्श के कल भी दिलों पे राज था ज़हरा के लाल का है आज भी दिलों पे हुकूमत हुसैन की मेरी मां में आली मकाम है तब की तय जेड़ा कयामत तक दीन लगा कोई न करे सी अल्लाह सब का कुर्बानी अकबर दा इम्तिहान हुसैन दा सारी हाजरी कबूल करे अल्लाह तो गुआवा ते शाद सलामत रखे आमीन व आखिर दावाना अलहम्दुलिल्लाह रब्बिल आलमीन।